ਜਿਹੜਾ ਆਵੇ ਤੇ ਇਮਾਨ ਖੁਤਬਾ ਦੇ ਰਿਹਾ ਹੋਵੇ ਦੋ ਰਕਾਤਾਂ ਪੜ੍ਹ ਕੇ ਤੇ ਜਿੱਥੇ ਟਾਈਮ ਲੱਗਦਾ ਉੱਥੇ ਬਹਿ ਜਾਵੇ ਜੁੱਤੀਆਂ ਚ ਥਾਂ ਮਿਲੇ ਤਾਂ ਉੱਥੇ ਬੇਸ਼ਕ ਬਹਿ ਜਾਓ ਕਿ ਉਹ ਤੇਰੇ ਵਾਸਤੇ ਮੰਤਵ ਹੈ ਉਹ ਤੇਰੀ ਇੱਜ਼ਤ ਹੈ ਤੂੰ ਆਪਦਾ ਕਦਰ ਪਛਾਣਿਆ ਤੂੰ ਆਪਦੀ ਆਪਦੀ ਆਪ ਸਮਝ ਲਈ ਹੈ ਕਿ ਮੇਰੀ ਹਕੀਕਤ ਇਹ ਤੂੰ ਜੋ ਪਿੱਛੋਂ ਆਇਆ ਬਾਦਸ਼ਾਹ ਆਵੇ ਪਿੱਛੋਂ ਆਵੇ ਤੇ ਪਿੱਛੇ ਜੋ ਆਇਆ ਤੇ ਉਹ ਵੇਖਦਾ ਜਿਵੇਂ ਹੁਣ ਮੁਸਲਮਾਨਾਂ ਨੇ ਥਾਂ ਮੰਨ ਲਈ ਹੈ ਮੁਸਲਮਾਨਾਂ ਨੇ ਮੋਮਨਾਂ ਨੇ ਥਾਵਾਂ ਮੰਨ ਲਈਆਂ ਨੇ ਥਾਂ ਪੁਰ ਹੋਈ ਮਸਜਿਦ ਪੁਰ ਹੋਈ ਪਈ ਹੁਣ ਉਹ ਜੋੜਿਆ ਚ ਬਹਿ ਜਾਂਦਾ ਆਂਦਾ ਕਿ ਇੱਜ਼ਤ ਬਣਾਉਣ ਨਾਲ ਮੈਨੂੰ ਵਿਆਹਾਂ ਦੇ ਮੈਨੂੰ ਆਪਣੇ ਆਪਣੇ ਮੁਸਲਮਾਨਾਂ ਦੇ ਭਾਈਆਂ ਆਪਣੇ ਮੁਸਲਮਾਨਾਂ ਭਾਈਆਂ ਦੇ ਪੈਰਾਂ ਚ ਬਹਿਣਾ ਠੀਕ ਹੈ ਉਹਨਾਂ ਦੇ ਜੋੜਿਆਂ ਵਿੱਚ ਬਹਿਣਾ ਠੀਕ ਹੈ ਕਿਉਂ ਉਹਦੇ ਵਿੱਚ ਉਹ ਆਪਣੀ ਕਦਰ ਨਹੀਂ ਬਣਾਉਂਦਾ ਅੱਲਾ ਪਾਕ ਨੇ ਉਹਨੂੰ ਜਿਹੜੀ ਕਦਰ ਦਿੱਤੀ ਹੈ ਨਾ ਉਸ ਤੇ ਰਾਜ਼ੀ ਹੁੰਦਾ ਮੇਰੀ ਥਾਂ ਹੀ ਹੋਈ ਹੈ ਮੈਂ ਆਇਆ ਜੋ ਪਿੱਛੋਂ ਹਾਂ ਤੇ ਮੈਂ ਮੁਸਲਮਾਨਾਂ ਦੀ ਥਾਂ ਜੇ ਮੁਸਲਮਾਨਾਂ ਦੇ ਜੋੜੇ ਮੈਨੂੰ ਥਾਂ ਵੀ ਮਿਲਦੀ ਚੱਲ ਮੈਂ ਇੱਥੇ ਹੀ ਬਹਿ ਜਾ ਅੱਲਾ ਅੱਲਾ ਤੇ ਫਿਰ ਉੱਥੇ ਨਹੀਂ ਬਹਿੰਦਾ ਖੁਤਬਾ ਸੁਣ ਕੇ ਅਗਾ ਕੋਸ਼ਿਸ਼ ਕਰਦਾ ਹੈ ਉੱਤੋਂ ਦੀ ਪੈਰ ਲੰਘਾ ਕੇ ਪਲਾਂਘਣਾ ਕੀ ਹੁੰਦਾ ਨਹਾ ਕੇ ਆਵੇ ਗੁਸਲ ਕਰਕੇ ਆਵੇ ਤੇਲ ਲਾ ਕੇ ਆਵੇ ਖੁਸ਼ਬੂ ਮਲ ਕੇ ਆਵੇ ਜੇ ਨਹੀਂ ਹੈਗੀ ਤਾਂ ਘਰ ਦੀ ਖੁਸ਼ਬੂ ਚ ਮਲ ਕੇ ਆਵੇ ਤੇ ਫਿਰ ਜਿੱਥੇ ਥਾਂ ਮਿਲਦੀ ਹੈ ਉੱਥੇ ਬਹਿ ਜਾਵੇ ਕਿਸੇ ਦੀਆਂ ਗਰਦਨਾਂ ਤੋਂ ਨਾ ਲੰਘੇ ਇਹ ਹੈ ਨਾ ਆਦਾਬ-ਏ-ਮਜਲਿਸ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ